ਅਸਲਾਮੁਅਲੈਕਮ ਇੱਥੇ ਦੇਖੋ 4 ਵਜੇ ਨੇ ਅਤੇ ਅਸੀਂ ਤਿਆਰ ਹੋ ਗਏ ਬਾਹਰ ਜਾਣ ਵਾਸਤੇ ਥੋੜ੍ਹੀ ਜਿਹੀ ਸੋਚਿਆ ਸ਼ੋਪਿੰਗ ਕਰ ਲਈਏ ਅਤੇ ਇਹ ਬਸ ਤੁਹਾਨੂੰ ਮੈਂ ਬੈਗ ਦਿਖਾ ਰਹੀ ਮੈਂ ਸੋਹਣਾ ਲੱਗਦਾ ਕਲਿੱਪ ਬਣਾਇਆ ਅਤੇ ਖੂਬਸੂਰਤ ਚੰਦ ਨਜ਼ਰ ਆ ਰਿਹਾ ਦੇਖ ਲਓ ਹੈ ਕਿੰਨਾ ਸੋਹਣਾ ਲੱਗਦਾ ਅੱਲਾ ਦੀ ਸ਼ਾਨ ਮੈਂ ਅੱਜ ਵੈਸੇ ਗੱਲ ਕਰਨਾ ਚਾਹੁੰਦੀ ਸਾਂ ਕਿ ਜ਼ਿੰਦਗੀ ਜਿਹੜੀ ਨਾ ਹਮੇਸ਼ਾ ਖੁਸ਼ੀਆਂ ਨਹੀਂ ਹੁੰਦੀਆਂ ਕਦੇ ਦੁੱਖ ਕਦੇ ਤਕਲੀਫ ਖੁਸ਼ ਰਹਿਣ ਵਾਸਤੇ ਨੇ ਇਸ ਦੁਨੀਆ 'ਚ ਦੁਆ ਦੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਦੁਆ ਇੱਕ ਇਤਨੀ ਖੂਬਸੂਰਤ ਚੀਜ਼ ਹੈ ਕਿ ਦੁਆ ਇੱਕ ਅੱਲਾ ਨੇ ਇਬਾਦਤ ਬਣਾਈ ਹੈ ਅੱਲਾ ਪਸੰਦ ਕਰਦਾ ਕਿ ਤੁਸੀਂ ਦੁਆ ਕਰੋ ਅੱਲਾ ਕੋਲੋਂ ਮੰਗੋ ਅਤੇ ਦੁਆ ਨਾਲ ਤੁਹਾਡੀ ਸਾਡੇ ਨਬੀ ਸੱਲਮ ਨੇ ਕਿਹਾ ਕਿ ਕਿਸਮਤ ਉਹ ਵੀ ਬਦਲ ਜਾਂਦੀ ਹੈ ਅਤੇ ਦੁਆ ਜਿਹੜੀ ਹੈ ਨਾ ਇੱਕ ਇਨਸਾਨ ਦੇ ਵੈਪਨ ਹੈ ਬਲੀਵਰ ਦਾ ਅਤੇ ਦੁਆ ਨਾ ਕਦੇ ਛੋੜਿਓ ਇਹ ਦੇਖ ਲਓ ਬਾਹਰ ਕਿੰਨੀ ਸਾਡੀ ਇੱਥੇ ਲੰਦਨੇ 'ਚ ਨਾ ਟ੍ਰੈਫਿਕ ਹੁੰਦੀ ਹੈ ਪਤਾ ਨਹੀਂ ਕਿਉਂ ਹੋ ਗਈ ਇਸ ਤਰ੍ਹਾਂ ਬਹੁਤ ਜ਼ਿਆਦਾ ਜਾਂ ਪਾਪੂਲੇਸ਼ਨ ਵੀ ਜ਼ਿਆਦਾ ਹੋ ਰਹੀ ਹੈ ਜਿੱਥੇ ਆਏ ਇਹਨਾਂ ਨੂੰ ਜ਼ਮੀਨ ਮਿਲਦੀ ਹੈ ਫਲੈਟ ਚਾੜ ਦਿੰਦੇ ਨੇ ਅਤੇ ਇਹ ਦੇਖੋ ਕਿੰਨੀ ਖੂਬਸੂਰਤ ਆਸਮਾਨ ਲੱਗਦਾ ਸੀ ਕਿ ਮੈਂ ਦੇਖੋ ਅਸੀਂ ਨਾ ਬਸ ਜਾਣ ਲੱਗੇ ਸਾਂ ਉੱਥੇ ਡਰੈਸ ਕੋਈ ਅਤੇ ਸੋਚੇ ਸ਼ਾਪਿੰਗ ਕਰ ਲਈਏ ਮੇਰੇ ਅੰਮੀ ਨਾਲ ਸਰ ਮੇਰਾ ਪੁੱਤਰ ਵੀ ਨਾਲ ਹੈ ਬੇਟਾ ਮੇਰਾ ਮੇਰੇ ਹਾਮਦ ਸਰ ਗੱਡੀ ਚਲਾਉਂਦੇ ਪਏ ਹੋ ਅਤੇ ਤੁਸੀਂ ਦੁਆ ਨਾ ਜਿਹੜੀ ਦੁਆ ਕਦੇ ਵੀ ਨਾ ਛੋੜਿਓ ਕਿਉਂਕਿ ਇਸ ਦੁਨੀਆ 'ਚ ਅਗਰ ਤੁਹਾਡੀ ਕਬੂਲ ਨਾ ਹੋਈ ਨਾ ਅਤੇ ਕਿਆਮਤ ਵਾਲੇ ਦਿਨ ਜਿਸ ਵੇਲੇ ਅਸੀਂ ਅੱਲਾ ਦੇ ਸਾਹਮਣੇ ਆਵਾਂਗੇ ਅਤੇ ਉਹਦੇ ਬਦਲੇ ਸਾਨੂੰ ਇਤਨੀ ਖੂਬਸੂਰਤ ਚੀਜ਼ਾਂ ਦਿੱਤੀਆਂ ਜਾਣਗੀਆਂ ਅਸੀਂ ਕਹਿਣਾ ਕਿ ਯਾ ਅੱਲਾ ਕਾਸ਼ ਸਾਡੀ ਕੋਈ ਦੁਆ ਕਬੂਲ ਹੀ ਨਾ ਹੁੰਦੀ ਦੁਨੀਆ 'ਚ ਮਗਰ ਅਸੀਂ ਵੀ ਤਾਵਲੇ ਹੁੰਦੇ ਹਾਂ ਇੱਥੇ ਮੈਂ ਫਿਰ ਆਪਣੀ ਨਮਾਜ਼ ਮਗਰਬ ਦੀ ਹੋ ਗਈ ਸੀ ਮੇਰੇ ਖਿਆਲ ਨਾਲ ਤਾਂ ਮੈਂ ਉਹ ਪੜ੍ਹੀ ਅਤੇ ਅੱਲਾ ਦਾ ਜ਼ਿਕਰ ਕੀਤਾ ਹੈ ਬਾਕੀ ਚੌਥਾਂ ਪਰ ਲੱਗੀ ਸਾ ਤਸਵੀਰ ਇੱਥੋਂ ਫਿਰ ਵਾਪਸ ਅਸੀਂ ਗੱਡੀ 'ਚ ਨਿਕਲ ਕੇ ਫਿਰ ਟੈਸਕੋ ਦੇ ਅੰਦਰ ਗਏ ਹਾਂ ਹੁਣ ਆਰਾਮ ਨਾਲ ਸ਼ਾਪਿੰਗ ਕਰ ਸਕਦੇ ਹਾਂ ਆਪਣੇ ਬਸ ਨਮਾਜ਼ ਸਾਰੀਆਂ ਨਮਾਜ਼ਾਂ ਨਾਲ ਆਪਣੀਆਂ ਬਸ ਰੱਖਣੀਆਂ ਨੇ ਕਾਇਮ ਤੁਸੀਂ ਜਿੱਦਾਂ ਆਪਣੀ ਜ਼ਿੰਦਗੀ ਨਮਾਜ਼ ਦੇ ਅੱਗੇ ਪਿੱਛੇ ਕਰੋ ਜਿਹੜੀ ਜ਼ਿੰਦਗੀ ਬਸ ਕਹਿੰਦੇ ਪੂਰੇ ਕਰੋਗੇ ਪਹਿਲਾਂ ਸਾਡੇ ਵੀ ਹਕੂਕ ਪੂਰੇ ਕਰਨੇ ਬਸ ਉੱਪਰ ਜਾਣ ਲੱਗੇ ਹਾਂ ਅਸੀਂ ਕਿ ਚਲੋ ਜਾ ਕੇ ਥੋੜ੍ਹੇ ਜਿਹੇ ਕੱਪੜੇ ਛੱਪੜੇ ਦੇਖੇ ਮੈਂ ਮੰਮੀ ਦੇ ਪਿੱਛੇ ਨਹੀਂ ਆਈ ਸੀ ਉੱਪਰ ਮੇਰੇ ਹਸਬੈਂਡ ਟਰਾਲੀ ਲੈਣੇ ਦੇਖ ਲਓ ਟੈਸਟ ਸਾਰਾ ਦੁਨੀਆ ਦੀ ਬਸ ਰੌਣਕ ਹੀ ਹੋਰ ਕੁਝ ਵੀ ਨਹੀਂ ਸ਼ਾਪਿੰਗ ਕਰੋ ਖਾਓ ਪੀਓ ਹੋਰ ਕੁਝ ਵੀ ਨਹੀਂ ऐसे लगे कपड़े हैं मेरे मम्मी मामा ना अल्लाह दी रहमत